गुड मॉर्निंग स्टूडेंट ऑफ क्लास फोर्थ. स्टूडेंट्स, टुडे वी रीड द लेसन नंबर 2, आ स्माइल. स्टूडेंट, थैंक्स फॉर वॉचिंग. प्लीज सबसक्राइब द चैनल्स. जिन्हें बच्चों ने चैनल सबसक्राइब नहीं किया, सब तो पहला चैनल सबसक्राइब कर, जो कि मैं जो भी वीडियोज अपलोड करा तो सब तो पहला मैसेज आ जाया करे. लेट स्टार्ट लेसन नंबर 2, आ स्माइल. A smile is such a lovely thing. Kende vidi smile. Smile means khushi. Vi a is such a lovely thing. Matlab ke bahut hi pyari cheez hai. It crinkles up your face. Crinkles means ki hunda. Bachcho jadon apan smile karde ha, apan dekho apne gallan de vich kai bachyan de dimple pende ha. Theek hai, gallan de vich toye pende ha. Ja apne chehra face fold ho janda, thoda churriyan hi pe jandiyan va. ਉਹਨੂੰ ਕੀ ਬੋਲਦੇ ਆ? ਕ੍ਰਿੰਕਲਸ ਅਪ. ਇਟ ਕ੍ਰਿੰਕਲਸ ਅਪ ਯੂਅਰ ਫੇਸ. ਤੁਹਾਡੇ ਫੇਸ ਦੇ ਉੱਪਰ ਝੁਰਨੀਆਂ ਜਿਹੀਆਂ ਪੈ ਜਾਂਦੀਆਂ ਨੇ. ਐਂਡ ਵੈਨ ਇਟਸ ਗੋਨ ਇਟਸ ਹਾਰਡ ਟੂ ਫਾਈਂਡ. ਉਹ ਕਹਿੰਦੇ ਜੇਕਰ ਇੱਕ ਵਾਰ ਸਮਾਈਲ ਚਲੀ ਜਾਵੇ ਤਾਂ ਇਸ ਨੂੰ ਲੱਭ ਕੇ ਲਿਆਉਣਾ ਬਹੁਤ ਮੁਸ਼ਕਲ ਹੁੰਦਾ ਹੈ. ਇਟਸ ਸੀਕਰਟ ਹਾਈਡਿੰਗ ਪਲੇਸ. ਅਤੇ ਇਹਦਾ ਜਿਹੜਾ ਮਤਲਬ ਹੈ, ਸੀਕਰਟ ਮੀਨਸ ਹਿਡਨ, ਨੋਟ ਨੋਨ, ਜਿਹਦੇ ਬਾਰੇ ਕੋਈ ਨਾ ਜਾਣਦਾ ਹੋਵੇ. ਬਟ ਫਾਰ ਮੋਰ ਵੰਡਰਫੁਲ ਇਟ ਇਜ਼. ਅਤੇ ਇਹ ਬਹੁਤ ਹੀ ਜ਼ਿਆਦਾ ਵੰਡਰਫੁਲ. ਟੂ ਨੋ ਵੱਟ ਸਮਾਈਲਸ ਕੈਨ ਡੂ. ਬਈ ਜਿਹੜੀ ਸਮਾਈਲ ਆ ਉਹ ਕੀ ਕਰ ਸਕਦੀ ਹੈ? ਵੀ ਕੀ ਤੁਸੀਂ ਜਾਣਦੇ ਆ ਬਈ ਸਮਾਈਲ ਜਿਹੜੀ ਕੀ? ਇਸ ਆਈ ਸਮਾਈਲ ਐਟ ਯੂ. ਮੈਂ ਤੁਹਾਡੇ 'ਤੇ ਹੱਸਦਾ ਹਾਂ. ਯੂ ਸਮਾਈਲ ਐਟ ਮੀ. ਅਤੇ ਤੁਸੀਂ ਮੇਰੇ 'ਤੇ ਹੱਸ. ਐਂਡ ਸੋ ਵਨ ਸਮਾਈਲ ਮੇਕਸ ਟੂ. ਬਈ ਇੱਕ ਸਮਾਈਲ ਦੇ ਕਰਕੇ ਦੋ ਜਣੇ ਖੁਸ਼ ਹੁੰਦੇ. ਸਮਝ ਲੱਗੀ? ਬਈ ਇੱਕ ਜਣਾ ਦੂਸਰੇ 'ਤੇ ਹੱਸਦਾ, ਦੂਸਰਾ ਦੂਸਰੇ 'ਤੇ ਹੱਸਦਾ, ਤਾਂ ਦੋ ਜਣੇ ਖੁਸ਼ ਹੋ ਗਏ. ਐਂਡ ਸੋ ਵਨ ਸਮਾਈਲਸ ਮੇਕਸ ਟੂ. ਸਟੂਡੈਂਟਸ, ਇਹ ਆਪਣੀ ਜਿਹੜੀ ਪੋਇਮ ਸੀਗੀ, ਇਹਦੇ ਵਿੱਚ ਬਸ ਸਮਾਈਲ ਦੇ ਬਾਰੇ ਗੱਲ ਕੀਤੀ ਗਈ. ਵੀ ਸਮਾਈਲ ਨਾਲ ਕੀ ਹੁੰਦਾ ਵਾ? ਉਹਦੇ ਨਾਲ ਇੱਕ ਦੂਜੇ ਨੂੰ ਦੇਖ ਕੇ ਆਪਾਂ ਸਾਰੇ ਖੁਸ਼ ਹੁੰਦੇ ਹਾਂ. ਨੈਕਸਟ ਇਹਦੇ ਵਿੱਚ ਆਪਣੇ ਕੋਲ ਬੁੱਕ ਪਾਰਟ ਕੰਪਲੀਟ ਕਰਦੇ ਹਾਂ ਆਪਾਂ. ਫਸਟ ਬੁੱਕ ਪਾਰਟ ਦੇ ਵਿੱਚ ਆ, ਫਸਟ ਆਪਣੇ ਕੋਲ ਬਲੈਂਕਸ ਆ. ਆ ਸਮਾਈਲ ਇਜ਼ ਆ ਡੈਸ਼ ਥਿੰਗ, ਲਵਲੀ ਥਿੰਗ. ਇਹਦੇ ਵਿੱਚ ਕੀ ਆਊਗਾ? ਲਵਲੀ. ਸੈਕਿੰਡ ਵਨ ਆ ਡੈਸ਼ ਕ੍ਰਿੰਕਲਸ ਅਪ ਯੂਅਰ ਫੇਸ. ਕਿਹਦੇ ਨਾਲ ਹੁੰਦੀ ਆ ਆਪਣੇ ਫੇਸ 'ਤੇ ਕ੍ਰਿੰਕਲਸ? ਸਮਾਈਲ. ਥਰਡ ਵਨ ਇਜ਼ ਆ ਵੈਨ ਆ ਸਮਾਈਲ ਇਜ਼ ਗੋਨ ਇਟ ਇਜ਼ ਹਾਰਡ ਟੂ ਫਾਈਂਡ ਇਟ. ਤਾਂ ਇਸ ਨੂੰ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ. ਫਾਈਂਡ ਇਟ. ਫੋਰਥ, ਇਟ ਗੋਜ਼ ਟੂ ਆ ਡੈਸ਼ ਹਾਈਡਿੰਗ ਪਲੇਸ, ਸੀਕਰੇਟ. ਵੀ ਸੀਕਰੇਟ ਹਾਈਡਿੰਗ ਪਲੇਸ 'ਤੇ ਵਨ ਸਮਾਈਲ ਮੇਕਸ ਟੂ. ਇੱਕ ਖੁਸ਼ੀ ਦੋ ਜਣਿਆਂ ਨੂੰ ਖੁਸ਼ ਕਰਦੀ ਹੈ. ਵਨ ਸਮਾਈਲਸ ਮੇਕਸ ਟੂ. ਸਟੂਡੈਂਟਸ, ਇਹ ਆਪਣਾ ਲੈਸਨ ਆ ਜਿਹੜਾ ਸੈਕਿੰਡ. ਆ ਸਮਾਈਲ ਜਿਹੜੀ ਪੋਇਮ ਆ ਇਹ ਆਪਣੀ ਕੰਪਲੀਟ ਹੋ ਚੁੱਕੀ ਹੈ. ਇਹਦਾ ਬੁੱਕ ਪਾਰਟ ਵੀ ਕੰਪਲੀਟ ਹੋ ਚੁੱਕਿਆ ਵਾ. ਤੁਸੀਂ ਇਹ ਬੁੱਕ ਪਾਰਟ ਨੂੰ ਆਪਣੀ ਕੋਰਸ ਬੁੱਕ 'ਤੇ ਰਾਈਟ ਕਰ ਲੈਣਾ ਵਾ. ਐਂਡ ਇਹ ਬੁੱਕ ਪਾਰਟ ਨੂੰ ਲਰਨ ਵੀ ਕਰ ਲੈਣਾ. ਓਕੇ ਸਟੂਡੈਂਟਸ, ਥੈਂਕਸ, ਹੈਵ ਅ ਨਾਈਸ ਡੇ. ਅਤੇ ਇੱਕ ਲਾਸਟਲੀ ਜਿਹੜਾ ਆਹ ਫੇਸ ਦੀ ਫੋਟੋ ਆ ਰਹੀ ਹੈ ਤੁਹਾਡੀ ਸਕਰੀਨ 'ਤੇ, ਇਹ ਤੁਹਾਡੀ ਐਕਟੀਵਿਟੀ ਹੈ. ਮੀਨਸ ਜਦੋਂ ਤੁਹਾਡੇ ਕੁਐਸਚਨ ਆਨਸਰਸ ਕੰਪਲੀਟ ਹੋ ਜਾਣਗੇ ਤਾਂ ਇਸ ਜਿਹੜੀ ਪਿਕਚਰ ਨੂੰ ਤੁਸੀਂ ਉਹ ਨੀਚੇ ਬਣਾਉਣਾ ਐਕਟੀਵਿਟੀ ਦੇ ਵਿੱਚ, ਸਮਾਈਲ ਦੇ ਵਿੱਚ. ਓਕੇ, ਇਹਨੂੰ ਤੁਸੀਂ ਉੱਪਰ ਵੀ ਬਣਾ ਸਕਦੇ ਆ ਨੋਟਬੁੱਕ 'ਤੇ ਆਪਣੇ ਲੈਸਨ 2 ਲਿਖ ਕੇ. ਆ ਸਮਾਈਲ ਨੀਚੇ ਤੁਸੀਂ ਇਹ ਐਕਟੀਵਿਟੀ ਬਣਾ ਕੇ ਦੈਨ ਕੀਵਰਡ ਸ਼ੁਰੂ ਕਰਨਾ, ਜਿਹੜੇ ਆਪਾਂ ਨੈਕਸਟ ਕਲਾਸ ਦੇ ਵਿੱਚ ਕੀਵਰਡਸ ਕਰਾਂਗੇ. ਸਟੂਡੈਂਟ, ਇਹ ਐਕਟੀਵਿਟੀ ਨੂੰ ਤੁਸੀਂ ਆਪਣੀ ਮੇਕ ਕਰਨਾ ਵਾ ਅਤੇ ਇਹਦੇ ਵਿੱਚ ਕਲਰਸ ਵਗੈਰਾ ਥੋੜ੍ਹੇ ਬਹੁਤੇ ਭਰ ਲੈਣਾ ਵਾ, ਪੈਨਸਲ ਕਲਰਸ ਯੂਜ਼ ਕਰ ਲੈਣਾ. ਓਕੇ, ਥੈਂਕਸ, ਹੈਵ ਅ ਨਾਈਸ ਡੇ.